लुधियाना पुलिस द्वारा आयोजित साइकिल रैली का देर से शुरू होने पर साइकिल चालकों द्वारा दिखाई गई नाराजगी, इस संबंध में क्या कहना था साइकिल चालकों का? जनसभा एक्सप्रेस टीवी के लिए लुधियाना से गोपाल शर्मा की रिपोर्ट। राम राम सर। राम राम जी। अज लुधियाना कमिश्नर साहब की कॉल थी, तो तुम सारे मेरे ख्याल उदे करके आए हो जी? हाँ जी, हाँ जी, इसे करके आए। अच्छा जी, की टाइम है तो सर अपनी की प्रोग्रेस है? 4 बजे उठे थे, 6 बजे का टाइम सी, लेकिन हूँ 7:30 टाइम सी जी, 7:30 टाइम सी, तो हूँ 6:30 हो गए। अच्छा जी, ਅਸੀਂ ਵੇਟ ਕਰਦੇ ਕਰਦੇ ਕਦੀ ਅੱਗੇ ਕਦੀ ਪਿੱਛੇ ਕਦੀ ਅੱਗੇ ਕਦੀ ਪਿੱਛੇ। ਨਾਲੇ ਸੁਣਿਆ ਸੀ ਕਹਿੰਦੇ ਪੁਲਿਸ ਬੜੀ ਡਿਸਪਲਿਨ 'ਚ ਹੁੰਦੀ ਹੈ, ਸਾਰੇ ਕੰਮ ਡਿਸਪਲਿਨ ਕਰਦੀ ਹੈ, ਇਹ ਇਹਨਾਂ ਦਾ ਡਿਸਪਲਿਨ ਕਿੱਥੇ? ਕਿਹਨੇ ਕਹਿਤਾ ਅੱਜ ਤੱਕ ਕਦੀ ਸੁਣਿਆ ਤੁਸੀਂ ਪੁਲਿਸ ਟਾਈਮ ਤੇ ਆਈ? ਇੱਥੇ ਕਿੱਦਾਂ ਟਾਈਮ ਤੇ ਹੋ ਜੂਗਾ? ਕੋਸ਼ਰ ਸਾਹਿਬ ਤਾਂ ਕਹਿੰਦੇ ਹੀ ਹੈ ਕਿ ਬੜੇ ਟਾਈਮ ਸਿਰ ਪਹੁੰਚੋ, 5:15 ਪਹੁੰਚੋ ਜੀ। ਕਮਿਸ਼ਨਰ ਸਾਹਿਬ ਆਪ ਹੀ ਨਹੀਂ ਆਏ ਹਜੇ ਤੱਕ ਹੁਣ। ਠੀਕ ਹੈ ਜੀ, ਉਹਨਾਂ ਦੀ ਵੇਟ ਹੋ ਰਹੀ ਹੈ ਜੀ? ਉਹਨਾਂ ਦੀ ਵੇਟ ਹੋ ਰਹੀ ਹੈ, ਐਵੇਂ ਆ 100-200 ਬੰਦਾ ਖੜਾ ਕੀਤਾ ਹੋਇਆ ਲਾਈਨ 'ਚ। 200-400-500 ਮਤਲਬ ਤੁਹਾਡੇ ਹਿਸਾਬ ਨਾਲ ਇਹ ਜਿਹੜੀ ਰੈਲੀ ਹੈ ਬਿਲਕੁਲ ਫੇਲ ਹੈ ਜੀ? ਹਜੇ ਤਾਂ ਹੋਈ ਨਹੀਂ ਰੈਲੀ, ਫੇਲ ਕਦੋਂ ਹੋਊਗੀ? ਫਿਲਹਾਲ ਫੇਲ ਹੀ ਹੈ। ਮੈਂ ਦੇਖਿਆ ਕਾਫੀ ਕੰਟੈਸਟ ਜਿਹੜੇ ਵਾਪਸ ਵੀ ਜਾ ਰਹੇ, ਸਾਈਕਲਿਸਟ ਸਾਰੇ ਦੇਖੋ ਪਿੱਛੇ ਵਾਪਸ ਜਾ ਰਹੇ ਸਾਰੇ। ਹਾਂਜੀ।